ਸੋਸ਼ਲ ਮੀਡੀਆ ਤੇ ਜੁੜੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੌਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲਾ ਜਿਸ ਦਾ ਕਤਲ ਹੋਇਆ ਨੂੰ 29 ਮਈ ਨੂੰ ਪੂਰਾ 1 ਸਾਲ ਹੋ ਜਾਣਾ ਹੈ ਤੇ ਇੱਕ ਵੀ ਦਿਨ ਇਦਾਂ ਦਾ ਨਹੀਂ ਲੱਗਿਆ ਪੂਰੇ ਸਾਲ ਦੇ ਵਿੱਚ ਜਿਸ ਦਿਨ ਉਸ ਦੀ ਕੋਈ ਨਿਊਜ਼ ਨਾ ਹੋਵੇ ਸੋਸ਼ਲ ਮੀਡੀਆ ਤੇ ਉਸ ਦੇ ਘਰ ਵਿੱਚ ਕੋਈ 150 ਬੰਦੇ ਨਾ ਗਏ ਹੋਣ ਪੰਜਾਬ ਤੋਂ ਇੰਡੀਆ ਦੇ ਦੂਜੇ ਸਟੇਟਾਂ ਤੋਂ ਬਾਹਰਲੇ ਕੰਟਰੀਆਂ ਤੋਂ افریقا ਤੋਂ ਇਕੱਲੇ ਇੰਡੀਅਨ ਨੈਸ਼ਨਲ ਨਹੀਂ ਦੂਜੇ ਵੈਸਟਰਨ ਗੋਰੇ ਕਾਲੇ ਸਭ ਉਸਦੇ ਪਿੰਡ ਵਾਰੀ-ਵਾਰੀ ਜਾ ਕੇ ਆਏ ਆਂ ਆਪਣੀ ਆਪਣੀ ਸ਼ਰਧਾਂਜਲੀ ਉਸ ਨੂੰ ਪਿੰਡ ਕਰਕੇ ਆਏ ਆਂ ਤੇ ਹੁਣ ਇੱਕ ਪਿਛਲੇ ਹਫਤੇ ਤੋਂ ਜਦੋਂ ਤੋਂ ਉਹ ਨੌਜਵਾਨ ਸਾਡਾ ਇੱਕ ਪੰਨਾ ਸਿੱਧੂ ਕਿਸੇ ਪੁਲਿਸ ਅਫਸਰ ਦੇ ਨਾਲ ਆਰਗੂਮੈਂਟ ਹੋਣ ਦੀ ਵਜ੍ਹਾ ਕਰਕੇ ਅਰੈਸਟ ਕੀਤਾ ਗਿਆ ਹੈ ਤਾਂ ਉਸ ਤੋਂ ਪਿੱਛੋਂ ਉਹਨਾਂ ਦੇ ਇਸ਼ੂ ਦੇ ਵਿੱਚ ਲੋਕਾਂ ਨੇ ਉਸਦੇ ਪਿੰਡ ਜਾ ਕੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਦੇ ਵਿੱਚ ਲੱਖਾ ਸੁਧਾਨਾ ਦੂਜੇ ਜਿਹੜਾ ਆਪਣਾ ਰੰਤਾਵਾ ਤੇ ਬਾਕੀ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਸਰਦਾਰ ਬਲਕੌਰ ਸਿੰਘ ਸਿੱਧੂ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਬਾਕੀਆਂ ਦੇ ਨਾਲ ਤੇ ਇੱਕ ਦੋ ਸਾਡੇ ਜਿਹੜੇ ਵੀਰ ਹੈਗੇ ਨੇ ਪੁਲਿਸ ਦੇ ਵਿੱਚੋਂ ਰਿਟਾਇਰਡ ਨੇ ਖਾਸ ਕਰਕੇ ਇੱਕ ਸਬ-ਇੰਸਪੈਕਟਰ ਰਿਟਾਇਰਡ ਹੈਗਾ ਮੁੰਡਾ ਉਸਨੇ ਅਰਲੀ ਡਿਪਾਰਟਮੈਂਟ ਲਈ ਹੈ ਉਹਦੇ ਕਹਿਣ ਮੁਤਾਬਕ ਉਸਨੇ ਕਿਹਾ ਵੀ ਮੈਂ ਪਾਨੇ ਸਿੱਧੂ ਨੂੰ ਅੰਦਰ ਕਰਵਾਇਆ ਹੈ ਸਤਪਾਲ ਸਿੰਘ ਗਿੱਲਾ ਉਹਨਾਂ ਦਾ ਨਾਮ ਤੇ ਚਲੋ ਪਾਨੇ ਸਿੱਧੂ ਦੀ ਉਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਪਾਨਾ ਸਿੱਧੂ ਉਹ ਇੱਕ ਮੁਲਾਜ਼ਮ ਨੂੰ ਨਹੀਂ ਸਾਰੀ ਪੁਲਿਸ ਫੋਰਸ ਨੂੰ ਗਲਤ ਬੋਲਿਆ ਇਸ ਕਰਕੇ ਉਹਨਾਂ ਨੇ ਕਿਹਾ ਅਸੀਂ ਉਸ ਤੇ ਮੈਂ ਐਕਸ਼ਨ ਕਰਵਾਇਆ ਹੈ ਤੇ ਉਸਨੇ ਸਰਕਾਰ ਨੂੰ ਵੀ ਕਲੀਨ ਚਿੱਟ ਦਿੱਤੀ ਹੈ ਵੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਕੀਤਾ ਮੈਂ ਆਪਣੇ ਪਰਸਨਲ ਤੌਰ ਤੇ ਉਸ ਦੀ ਕੰਪਲੇਂਟ ਕੀਤੀ ਹੈ ਉਸ ਬੇਸਿਸ ਤੇ ਉਹ ਅਰੈਸਟ ਹੋਇਆ ਤੇ ਨਾਲ ਉਸਨੇ ਸਰਦਾਰ ਬਲਕੌਰ ਸਿੰਘ ਨੂੰ ਵੀ ਕਿਹਾ ਵੀ ਤੁਸੀਂ ਗਲਤ ਬੰਦਿਆਂ ਦੇ ਨਾਲ ਲੱਗੇ ਹੋ ਤੇ ਮੈਂ ਹੁਣ ਤੱਕ ਤੁਹਾਡੇ ਨਾਲ ਤੁਹਾਡੀ ਪੂਰੀ ਮੋਢੇ ਨਾਲ ਮੋਢਾ ਲਾ ਕੇ ਖੜਾ ਸੀਗਾ ਪਰ ਹੁਣ ਤੁਸੀਂ ਉਸ ਤੇ ਪ੍ਰੋਟੈਸਟ ਵਿੱਚ ਗਏ ਭਾਨੇ ਸਿੱਧੂ ਦੇ ਤੇ ਸਾਡੇ ਖਿਲਾਫ ਜਿਹੜੇ ਬੰਦੇ ਬੋਲਦੇ ਨੇ ਉਹਨਾਂ ਦਾ ਤੁਸੀਂ ਸਾਥ ਦੰਨੇ ਹੋ ਤੇ ਮੈਂ ਹੁਣ ਅੱਜ ਤੋਂ ਤੁਹਾਡੇ ਤੋਂ ਉਲਟਾਂ ਤੇ ਉਸ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ ਵੀ ਸਿੱਧੂ ਮੂਸੇਵਾਲੇ ਦਾ ਕਤਲ ਗੈਂਗ ਦੀ ਲੜਾਈ ਕਰਕੇ ਹੋਇਆ ਤੇ ਉਸ ਨੇ ਕਿਹਾ ਵੀ ਮੈਂ ਇਸ ਦੇ ਪ੍ਰੂਫ ਵੀ ਰੱਖਾਂਗਾ ਪਹਿਲੀ ਗੱਲ ਤਾਂ ਜਿਹੜੀ ਇਹ ਸਟੇਟਮੈਂਟ ਉਹਦੀ ਬੜੀ ਬੇਹੂਦੀ ਸਟੇਟਮੈਂਟ ਹੈ ਕਿਉਂਕਿ ਇਸ ਟਾਈਮ ਉਸ ਦੇ ਕਤਲ ਕੇਸ ਦੀ ਇਨਕੁਆਰੀ ਚੱਲ ਰਹੀ ਹੈ ਤਕਰੀਬਨ 27 28 ਬੰਦੇ ਫੜੇ ਗਏ ਦੋ ਤਿੰਨ ਨੌਜਵਾਨਾਂ ਦਾ ਐਨਕਾਊਂਟਰ ਵੀ ਹੋ ਗਿਆ ਪਰ ਸਟਿਲ ਉਹਦੇ ਵਿੱਚ ਹੋਰ ਵੀ ਜਿਨ੍ਹਾਂ ਜਿਨ੍ਹਾਂ ਦੇ ਨਾਂ ਦਿੱਤੇ ਗਏ ਨੇ ਉਹਨਾਂ ਦੀ ਹਲੇ ਪੁੱਛਕਿਛ ਪੁਲਿਸ ਆਪਣੇ ਤਰੀਕੇ ਨਾਲ ਆਪਣੇ ਟਾਈਮ ਦੇ ਮੁਤਾਬਕ ਸਾਰਾ ਕੁਝ ਵਿਵੇਕ ਕੇ ਕਰ ਰਹੀ ਹੈ ਸੋ ਇਸ ਇੱਕ ਰਟਾਇਰਡ ਪੁਲਿਸ ਅਫਸਰ ਨੂੰ ਨਾ ਇਹ ਕੇਸ ਦਾ ਆਯੂ ਹੈ ਨਾ ਹੀ ਇਹ ਪੰਜਾਬ ਪੁਲਿਸ ਦਾ ਸਪੋਕਸਪਰਸਨ ਹੈ ਨਾ ਹੀ ਕੋਈ ਡੀਜੀ ਸਾਹਿਬ ਨੇ ਇਹ ਐਸਐਸਪੀ ਮਾਨਸਾ ਨੇ ਇਹਦੀ ਕੋਈ ਡਿਊਟੀ ਲਈ ਹੈ ਤੇ ਨਾ ਹੀ ਕੋਈ ਪੰਜਾਬ ਸਰਕਾਰ ਨੇ ਇਸ ਦੀ ਡਿਊਟੀ ਲਈ ਹੈ ਵੀ ਤੂੰ ਐਡੀ ਵੱਡੀ ਇੱਕ ਸਟੇਟਮੈਂਟ ਦੇ ਇਹ ਜਿਹੜੀ ਸਟੇਟਮੈਂਟ ਹੈ ਇਹ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਉੱਤੇ ਅਟੈਕ ਨਹੀਂ ਹੈਗਾ ਇਹ ਐਸਐਸਪੀ ਮਾਨਸਾ ਤੇ ਮਾਨਸਾ ਪੁਲਿਸ ਦੀ ਜੋ ਸਟ ਬਣੀ ਹੈ ਇਹ ਇੱਕ ਤਰ੍ਹਾਂ ਦਾ ਉਹਨਾਂ ਦੇ ਉੱਤੇ ਡਾਇਰੈਕਟ ਅਟੈਕ ਹੈਗਾ ਵੀ ਤੁਹਾਡੇ ਕੋਲ ਤਾਂ ਜਿਹੜੇ ਸਬੂਤ ਹੁਣ ਤੱਕ ਇਕੱਠੇ ਹੋਏ ਨਹੀਂ ਉਹ ਮੈਂ ਤੁਹਾਨੂੰ ਹੁਣ ਸਬੂਤ ਦਵਾਂਗਾ ਵੀ ਉਹ ਗੈਂਗਵਾਰ ਦੇ ਵਿੱਚ ਇਨਵੋਲਵ ਸੀਗਾ ਜਿੰਨੇ ਵੀ ਉਸਨੇ ਕਤਲ ਗਣਾਏ ਨੇ ਉਹ ਸਾਡੇ ਸਾਰੇ ਨੌਜਵਾਨ ਮੁੰਡੇ ਸਨ ਉਹਨਾਂ ਦੀ ਕਿਸੇ ਦੀ ਵੀ ਜੋ ਮੌਤ ਹੋਈ ਹੈ ਉਹ ਉਨੀਓ ਇੰਪੋਰਟੈਂਟ ਉਹਨਾਂ ਦੀ ਜਾਨ ਸੀਗੀ ਜਿੰਨੀ ਆਮ ਲੋਕਾਂ ਦੀ ਉੱਥੇ ਸਾਰਿਆਂ ਦੀ ਹੈਗੀ ਹੈ ਚਾਹੇ ਉਹ ਸਿੱਧੂ ਮੂਸੇਵਾਲਾ ਸੀ ਚਾਹੇ ਵਿੱਕੀ ਗਾਉਂਡਰ ਸੀਗਾ ਚਾਹੇ ਸੁਖਾ ਕਾਲਮਾ ਸੀ ਚਾਹੇ ਪੰਬੀਹਾ ਸੀ ਗਤਵਿੰਦਰ ਤੇ ਚਾਹੇ ਆਪਣਾ ਮਿੱਡੂ ਖੇਡਾ ਸੀ ਵਿੱਕੀ ਇਹਾ ਗੁਰਲਾਲ ਪਲਵਾਨ ਸੀਗਾ ਇਹ ਸਾਰੇ ਆਪਣੇ ਆਪਣੇ ਪਰਿਵਾਰਾਂ ਦੇ ਆਪਣੇ ਆਪਣੇ ਮਾਪਪ ਦੇ ਨੌਜਵਾਨ ਪੁੱਤ ਸਨ ਜਿੱਦਾਂ ਦੇ ਵੀ ਹਾਲਾਤ ਪੈਦਾ ਹੋਏ ਉਹਨਾਂ ਨੂੰ ਆਪਣੀ ਜਾਨ ਦੇਣੀ ਪਈ ਉਹ ਸਾਡੇ ਵਾਸਤੇ ਸਾਡੇ ਪੰਜਾਬ ਸਟੇਟ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਜਿਹੜੇ ਉਹਨਾਂ ਦੇ ਹੱਥੋਂ ਵੀ ਕਤਲ ਹੋਏ ਜਦੋਂ ਉਹ ਗਲਤ ਰਸਤੇ ਚੱਲੇ ਸੀਗੇ ਉਹ ਵੀ ਪੜੇ ਨਜਾਇਜ਼ ਹਨ ਉਹ ਵੀ ਪੰਜਾਬ ਦੀ ਸਟੇਟ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਪਰ ਗਿੱਲ ਸਾਹਿਬ ਤੁਸੀਂ ਇੱਕ ਦਿਨ ਹੀ ਵਿੱਚ ਹੀ ਬਲਕੌਰ ਸਿੰਘ ਸਿੱਧੂ ਦਾ ਸਾਥ ਛੱਡ ਗਏ ਉਹ ਆਪਣੀ ਜਗ੍ਹਾ ਸੱਚੇ ਦੁਹਾਈ ਪਾ ਰਹੇ ਨੇ ਚਾਹੇ ਉਹ ਜਲੰਧਰ ਇਲੈਕਸ਼ਨ ਦੇ ਵਿੱਚ ਗਏ ਚਾਹੇ ਉਹ ਐਦਾਂ ਦੇ ਇਕੱਠਾਂ ਦੇ ਵਿੱਚ ਜਾਂਦੇ ਨੇ ਉਹ ਸਿਰਫ ਆਪਣੇ ਬੱਚੇ ਦੀ ਇੱਕ ਇਨਸਾਫ ਦੀ ਮੰਗ ਕਰ ਰਹੇ ਨੇ ਠੀਕ ਹੈ ਬੰਦੇ ਬਹੁਤ ਅਰੈਸਟ ਹੋ ਗਏ ਟਾਈਮ ਵੀ ਬਹੁਤ ਲੰਘ ਗਿਆ ਪਰ ਹਲੇ ਉਹਨਾਂ ਨੂੰ ਕੋਈ ਅੱਗੇ ਚਾਨਣਾ ਨਹੀਂ ਦਿਸ ਰਿਹਾ ਇਹ ਜਿਸ ਤੇ ਬੀਤੀ ਹੁੰਦੀ ਹੈ ਇਹ ਉਹੀ ਬੰਦਾ ਮਹਿਸੂਸ ਕਰ ਸਕਦਾ ਸੋ ਤੁਹਾਨੂੰ بجائے ਕਿ ਤੁਸੀਂ ਇੰਨਾ ਵੱਡਾ ਅਟੈਕ ਕਰਦੇ ਹੋ ਉਹਨਾਂ ਤੇ ਸੋਸ਼ਲ ਮੀਡੀਆ ਤੇ ਤੁਹਾਨੂੰ ਉਹਨਾਂ ਦੀ ਕੰਡੀਸ਼ਨ ਦੇਖਣੀ ਚਾਹੀਦੀ ਹੈ ਜੇ ਤੁਹਾਡੇ ਕਹਿਣ ਦੇ ਮੁਤਾਬਕ ਸਿੱਧੂ ਐਨੇ ਕਤਲਾਂ ਦੇ ਵਿੱਚੋਂ ਵੋਲਵ ਸੀਗਾ ਖਵਾਜਕੇ ਦੇ ਕਤਲ ਰਵੀ ਖਵਾਜਕੇ ਦੇ ਗੁਰਲਾਲ ਪਹਿਲਵਾਨ ਦੇ ਵਿੱਕੀ ਮੀਡੂ ਖੇੜੇ ਦੇ ਹੋਰ ਵੀ ਜਿੰਨੇ ਵੀ ਤੁਸੀਂ ਗਣਾਏ ਹੋ ਫਿਰ ਤੁਸੀਂ ਉਦੋਂ ਸੁੱਤੇ ਪਏ ਸੀਗੇ ਉਹ ਤਾਂ ਸਿੱਧੂ ਦੇ ਕਤਲ ਤੋਂ ਪਹਿਲਾਂ 3 ਸਾਲ 4 ਸਾਲ ਪਹਿਲਾਂ ਤੋਂ ਕਤਲ ਹੁੰਦੇ ਆ ਰਹੇ ਨੇ ਫਿਰ ਤੁਸੀਂ ਉਦੋਂ ਉਦੋਂ ਦੀ ਪੁੱਛਕਿਛ ਕਿਉਂ ਨਹੀਂ ਕੀਤੀ ਉਹ ਕਿਤੇ ਬਾਹਰ ਨਹੀਂ ਸੀ ਭੱਜਿਆ ਹੋਇਆ ਉੱਥੇ ਤੁਹਾਡੇ ਵਿੱਚ ਹੀ ਸੀਗਾ ਹੋਰ ਤੁਸੀਂ ਉਹਦੇ ਉੱਤੇ ਬਥੇਰੇ ਕੇਸ ਇੱਧਰ ਉੱਧਰ ਬਣਾ ਰੱਖੇ ਸੀ ਐਕਸਟਰਸ਼ਨ ਵਾਸਤੇ ਦਬਾ ਕੇ ਰੱਖਣ ਨੂੰ ਉਸ ਨੂੰ ਤੇ ਜੇ ਇਹ ਇਹਨਾਂ ਕੇਸਾਂ ਦੇ ਵਿੱਚ ਤੁਹਾਡੇ ਕੋਲ ਐਨੀ ਇਨਫੋਰਮੇਸ਼ਨ ਸੀਗੀ ਐਨੀ ਪੁਰਾਣੀ ਰਵੀ ਖਵਾਜ ਦਾ ਕਤਲ ਅੱਜ ਨਹੀਂ ਹੋਇਆ 4-5 ਸਾਲ ਪਹਿਲਾਂ ਹੋਇਆ ਦਵਿੰਦਰ ਵਬੀਏ ਦਾ ਅਨਕਾਊਂਟਰ ਅੱਜ ਨਹੀਂ ਹੋਇਆ ਕਿੰਨਾ ਪੁਰਾਣਾ ਹੋਇਆ ਫਿਰ ਤੁਸੀਂ ਉਦੋਂ ਤੋਂ ਕਿਉਂ ਕੋਈ ਐਕਸ਼ਨ ਨਹੀਂ ਲੈ ਲਿਆ ਹੁਣ ਉਹ ਬੰਦਾ ਇੱਥੇ ਜੁੰਦਾ ਨਹੀਂ ਹੈਗਾ ਉਹ ਜਵਾਬ ਨਹੀਂ ਦੇ ਸਕਦਾ ਜੇ ਜੁੰਦਾ ਹੁੰਦਾ ਆਹ ਗੱਲ ਤੁਹਾਡੀ ਸੁਣ ਕੇ ਉਹ ਉਹ ਚਲੇ ਜਾਂਦਾ ਤੁਹਾਡੇ ਥਾਣੇ ਖੜ ਜਾਂਦਾ ਵੀ ਲਓ ਮੈਨੂੰ ਕਰ ਲਓ ਪੁੱਛੀ ਜਿਹੜੀ ਕਰਨੀ ਹੈ ਪਰ ਹੁਣ ਉਹ ਨਹੀਂ ਹੈਗਾ ਉਹਦੇ ਬਿਹਾਫ ਤੇ ਉਹਦੇ ਫਾਦਰ ਕਿੰਨੀ ਵਾਰ ਸਟੇਟਮੈਂਟ ਦੇ ਚੁੱਕੇ ਨੇ ਵੀ ਤੁਸੀਂ ਮੇਰੇ ਬੱਚੇ ਦੀ ਕਿਸੇ ਵੀ ਪੰਜਾਬ ਦੀ ਗੈਂਗਵਾਰ ਦੇ ਵਿੱਚ ਜਾਂ ਕਿਸੇ ਦੇ ਕਤਲ ਦੇ ਵਿੱਚ ਕੋਈ ਸਮੂਲੀਅਤ ਦਿਖਾਓ ਮੈਂ ਸਜ਼ਾ ਭੁਗਤਣ ਨੂੰ ਤਿਆਰ ਐ ਕੀ ਤੁਸੀਂ ਇਹ ਅਲੀਗੇਸ਼ਨ ਪ੍ਰਪੋਗੈਂਡ ਦੇ ਵਾਸਤੇ ਲਾਈਆਂ ਕਿ ਇਹ ਤੁਹਾਨੂੰ ਲੱਗਦਾ ਹੈ ਵੀ ਸਰਕਾਰ ਵੱਲੋਂ ਕੱਲ ਨੂੰ ਇਸ ਗੱਲ ਤੇ ਕੋਈ ਇਨਾਮ ਦਿੱਤਾ ਜਾਊਗਾ ਪਰ ਵਜਾ ਤੁਹਾਡੀ ਜੋ ਵੀ ਮਰਜ਼ੀ ਹੋਵੇ ਤੁਸੀਂ ਇੱਕ ਇਹ ਡਾਇਰੈਕਟ ਅਟੈਕ ਮਾਨਸਾ ਪੁਲਿਸ ਤੇ ਕੀਤਾ ਹੈ ਵੀ ਉਹਨਾਂ ਕੋਲ ਤਾਂ ਕੋਈ ਇਨਫੋਰਮੇਸ਼ਨ ਹੈ ਨਹੀਂ ਮੇਰੇ ਕੋਲੇ ਹੈਗੀ ਹੈ ਜਿਹਦੇ ਚ ਮੈਂ ਸਿੱਧੂ ਨੂੰ ਵੀ ਕਨਵਿክት ਕਰ ਸਕਦਾ ਐ ਬਾਕੀ ਕਤਲਾਂ ਦੀ ਵੀ ਜਾਣਕਾਰੀ ਦੇ ਸਕਦਾ ਜੇ ਕੋਈ ਸਟੇਟਮੈਂਟ ਐਸਐਸਪੀ ਮਾਨਸਾ ਡੀਜੀਪੀ ਪੰਜਾਬ ਦੰਦੇ ਨੇ ਉਹ ਆਪਣੀ ਜ਼ਿੰਮੇਵਾਰੀ ਨਾਲ ਦੇਣਗੇ ਤੁਸੀਂ ਉਹਨਾਂ ਦੇ ਉੱਤੋਂ ਚੱਲ ਕੇ ਇੱਕ ਸਟੇਟਮੈਂਟ ਇੰਨੀ ਵੱਡੀ ਦੇ ਦਿੱਤੀ ਬੜੀ ਹੈਰਾਨੀ ਵਾਲੀ ਗੱਲ ਐ ਬਾਕੀ ਤੁਸੀਂ ਇੱਕ ਪਰਿਵਾਰ ਦਾ ਵੀ ਕਹਿ ਰਹੇ ਨੇ ਜਿਨ੍ਹਾਂ ਨੇ ਸੂਇਸਾਈਡ ਕੀਤਾ ਫਰੀਦਕੋਟ ਦੇ ਵਿੱਚ ਤੇ ਉਸਨੇ ਆਪਣੇ ਬੱਚੇ ਵੀ ਮਾਰਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇੰਡੀਆ ਦੇ ਵਿੱਚ ਸੂਇਸਾਈਡ ਕਰਨ ਵਾਲੇ ਤੇ ਕੇਸ ਬਣਦਾ ਹੈ 309 ਇਫੈਕਸ਼ਨ 309 ਦੇ ਅੰਦਰ ਬਾਕੀ ਜਿਹੜਾ ਉਹ ਮਰਿਆ ਬੰਦਾ ਤੇ ਉਹਨੇ ਆਪਣੇ ਬੱਚੇ ਵੀ ਮਾਰਤੇ ਨੇ ਉਹਦੇ ਤਾਂ ਕੇਸ ਵੈਸੇ ਰਜਿਸਟਰਡ ਹੋਣਾ ਚਾਹੀਦਾ ਸੀਗਾ ਚਾਹੇ ਉਹ ਕਿਸੇ ਨੇ ਉਹਨੂੰ ਪ੍ਰੈਸ਼ਰਾਈਜ਼ ਕੀਤਾ ਮਾਰਨ ਨੂੰ ਚਾਹੇ ਜੋ ਮਰਜ਼ੀ ਕੀਤਾ ਇੰਡੀਅਨ ਕਾਨੂੰਨ ਦੇ ਮੁਤਾਬਕ ਤੁਸੀਂ ਆਪਣੀ ਜਾਣਨੀ ਲੈ ਸਕਦੇ ਤੇ ਉਸਨੇ ਤਾਂ ਦੂਜਿਆਂ ਦੀ ਵੀ ਲਈ ਹੈ ਪਰਿਵਾਰ ਦੀ ਉਥੇ ਤਾਂ ਕੇਸ ਉਹਦੇ ਤਾਂ ਮਰੇ ਹੋਏ ਤੇ ਵੀ ਕੇਸ ਹੋਣਾ ਚਾਹੀਦਾ ਸਿਰਫ ਇਹ ਕੇਸ ਉਸ ਕੰਡੀਸ਼ਨ ਚ ਨਹੀਂ ਹੁੰਦਾ ਜਿੱਥੇ ਕੋਈ ਮੈਡੀਕਲ ਰਿਪੋਰਟ ਇਦਾਂ ਦੀ ਹੋਵੇ ਵੀ ਬੰਦਾ ਇਹ ਮੈਂਟਲੀ ਡਿਸਟਰਬ ਹੈ ਇਹ ਇੱਕ ਬੰਦਾ ਉੱਠ ਕੇ ਕਰਜ਼ਾ ਦੇਣਾ ਕਿਸੇ ਦਾ ਤੇ ਦੂਜੇ ਦਿਨ ਉੱਠ ਕੇ ਆਪਣੇ ਗਲ ਦੇ ਵਿੱਚ ਫਾਹਾ ਲੈ ਲਵੇ ਜਾਂ ਚੁੱਕ ਕੇ ਆਪਣੇ ਬੱਚਿਆਂ ਨੂੰ ਮਾਰ ਦਵੇ ਤੇ ਸਿਰਫ ਇਹ ਕਰਕੇ ਵੀ ਬੇਇੱਜ਼ਤੀ ਹੋ ਰਹੀ ਹੈ ਤਾਂ ਇਹ ਕੋਈ ਇਹਦੇ ਨਾਲ ਬਹੁਤੀ ਕੋਈ ਸੰਵੇਦਨਸ਼ੀਲ ਵਾਲੀ ਗੱਲ ਨਹੀਂ ਹੈਗੀ ਨਾ ਹੀ ਦੂਜੇ ਬੰਦੇ ਨੂੰ ਤੁਸੀਂ ਬਲੇਮ ਕਰ ਸਕਦੇ। ਤੇ ਉਹਦੇ ਵਿੱਚ ਵੀ ਤੁਸੀਂ ਬਿਲਕੁਲ ਇੱਕ ਗੈਰਕਾਨੂੰਨੀ ਜੀ ਗੱਲ ਕੀਤੀ ਐ। ਤੇ ਵੀ ਉਹਨਾਂ ਦੇ ਬੱਚਿਆਂ ਦੀਆਂ ਫਿਰ ਤੁਸੀਂ ਹੱਡੀਆਂ ਵੇਚੀਆਂ ਨੇ। ਹੁਣ ਤੁਸੀਂ ਇਹ ਨਹੀਂ ਦੱਸਿਆ ਵੀ ਉਹ ਹੱਡੀਆਂ ਕਿਵੇਂ ਵੇਚੀਆਂ ਨੇ। ਚਾਹੇ ਉਹ ਰਾਜੇ ਬੜਿੰਗਰੇ ਨੇ ਵੇਚੀਆਂ ਨੇ। ਰਾਜੇ ਬੜਿੰਗਰੇ ਦੇ ਨਾਲ ਸਿੱਧੂ ਲੱਗਿਆ ਹੋਇਆ ਸੀਗਾ। ਉਹ ਇਹ ਸਿਰਫ ਤੁਸੀਂ ਜੋ ਐਲੀਗੇਸ਼ਨ ਲਾਏ ਨੇ। ਇਹ ਬੜੀ ਗਲਤ ਟਾਈਮਿੰਗ ਆ ਤੁਹਾਡੀ। ਉਸਦੇ ਪਰਿਵਾਰ ਦੇ ਪਹਿਲਾਂ ਹੀ ਜੋ जख्म ਨੇ ਬੜੇ ਅੱਲੇ ਨੇ। ਦੂਜੀ ਉਸਦੀ ਵਰਸੀ ਆਉਣ ਵਾਲੀ ਹੈ ਮੌਤ ਦੀ ਤੇ ਉਹਨਾਂ ਦਾ ਤੁਹਾਨੂੰ ਕੀ ਪਤਾ ਉਹਨਾਂ ਦੇ ਮਨ ਦੇ ਉੱਤੇ ਕੀ ਵਿਚਰ ਰਹੀ ਹੈ ਸੋ ਐਨੀ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਠੀਕ ਹੈ ਤੁਸੀਂ ਈਵਨ ਭਾਨੇ Sidhu ਦੇ ਕੇਸ ਦੇ ਵਿੱਚ ਵੀ ਤੁਸੀਂ ਕਿਹਨੂੰ ਚੱਕ-ਚੱਕ ਕੇ ਅੰਦਰ ਦੋਵੋਗੇ ਸਖਪਾਲ ਸਿੰਘ ਖਹਿਰਾ ਰੋਜ਼ ਗਾਲਾਂ ਕੱਢਦਾ Chief Minister ਨੂੰ ਉਹ ਸੇਖੋਂ ਸਾਹਿਬ ਸੀਗੇ ਉਹ ਸਾਰੇ ਆਮ ਲਾਪਾ ਕਰਦੇ ਸੀ ਸਾਰਿਆਂ ਦੀ ਪਿੰਕੀ ਹੈਗਾ ਪਿੰਕੀ ਨੇ ਸਾਰੀ ਪੁਲਿਸ ਦੀ ਲਾਪਾ ਕੀਤੀ ਹੋਈ ਹੈ ਤੇ ਕਿਹਨੂੰ ਕਿਹਨੂੰ ਚੱਕ ਕੇ ਅੰਦਰ ਦੋਗੇ ਇਹ ਤਾਂ ਕੋਈ ਏਦਾਂ ਦਾ ਇੱਕ ਲੈਜਿਸਲੇਸ਼ਨ ਪਾਸ ਕਰ ਦੋ ਵੀ ਕੋਈ ਵੀ ਬੰਦਾ ਸਰਕਾਰੀ ਮੁਲਾਜ਼ਮ ਦੇ ਖਿਲਾਫ ਕੋਈ ਗਲਤ ਲੈਂਗੁਏਜ ਵਰਤੇਗਾ ਉਸ ਤੇ ਐਕਸ਼ਨ ਲਿਆ ਜਾਊਗਾ ਪਰ ਇਹ ਪਿਕਨ ਚੂਜ਼ ਨਾ ਕਰੋ ਵੀ ਜੇ ਭਾਨਾ ਸਿੱਧੂ ਬੋਲ ਪਿਆ ਤਾਂ ਉਹਨੂੰ ਚੁੱਕ ਕੇ ਅੰਦਰ ਦੇ ਦਿਓ ਤੇ ਦੂਜੇ ਬੰਦੇ ਬੋਲਦੇ ਨੇ ਤਾਂ ਉਹਨਾਂ ਨੂੰ 増やしで